ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਗੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਡਾਕਟਰ ਸਾਹਿਬ ਵੈਲਕਮ ਟੂ आवर ਸ਼ੋਅ ਥੈਂਕ ਯੂ ਵੈਰੀ ਮੱਚ ਜੀ ਡਾਕਟਰ ਸਾਹਿਬ ਅੱਜ 28 ਜੁਲਾਈ 2015 13 ਸਾਵਨ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਕੁਝ ਐਮ ਇਸ਼ੂਸ ਨਾਲ ਕਿਹੜੇ ਹਨ ਉਹ ਅੱਜ ਦੇ ਐਮ ਇਸ਼ੂ ਅ ਦੇਖੋ ਕੱਲ ਦੇ ਸਾਡੇ ਸ਼ੋਅ ਤੋਂ ਬਾਅਦ ਬਹੁਤ ਸਾਰਾ ਪੋਜ਼ਿਟਿਵ ਰਿਸਪੌਂਸ ਆਇਆ ਹੈ ਦੀਨਾਨਗਰ ਘਟਨਾ ਨੂੰ ਲੈ ਕੇ ਜਿਹੜਾ ਸਾਡਾ ਐਨਾਲਿਸਿਸ ਸੀ ਬੇਸ਼ੱਕ ਬਹੁਤ ਸਾਰੇ ਪਹਿਲਾਂ ਹੀ ਉਸ ਕਨਕਲੂਜਨ ਤੇ ਪਹੁੰਚੇ ਹੋਏ ਸਨ ਪਰ ਫਿਰ ਵੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਹੈ ਕਿ ਅਸੀਂ ਸਮੁੱਚੇ ਘਟਨਾ ਕ੍ਰਮ ਨੂੰ ਇੱਕ ਪਰਸਪੈਕਟਿਵ ਦੇ ਵਿੱਚ ਜਿਹੜਾ ਬ੍ਰਾਡ ਪਰਸਪੈਕਟਿਵ ਸੀ ਔਰ ਬਹੁਤ ਸਾਰਾ ਸੀ ਦਰਸ਼ਕਾਂ ਜਾਂ ਸ਼ਰੂਤਿਆਂ ਦੇ ਉੱਤੇ ਹੀ ਛੱਡਿਆ ਕਿ ਆਹ ਤੱਤ ਨੇ ਆਹ ਕੁਝ ਵਾਪਰਿਆ ਹੈ ਆ ਮੀਡੀਆ ਦੀ ਕਹਾਣੀ ਹੈ ਆ ਸਰਕਾਰੀ ਏਜੰਸੀਆਂ ਦੀ ਕਹਾਣੀ ਹੋ ਸਕਦੀ ਹੈ ਆ ਪੋਲਿਟਿਕਲ ਲੀਡਰਾਂ ਦੇ ਬਿਆਨ ਨੇ ਤੇ ਇਹ ਆਪਣੇ ਆਪ ਨੂੰ ਮਾਇਰ ਔਰ ਐਕਸਪਰਟ ਹੋਣ ਵਾਲੇ ਕਹਿੰਦੇ ਨੇ ਸੋ ਅਸੀਂ ਸਾਰਿਆਂ ਨੂੰ ਇੰਡੀਵਿਜੂਅਲੀ ਆਨਸਰ ਨਹੀਂ ਦੇ ਸਕਦੇ ਸੋ ਮੈਂ ਸਭ ਦਾ ਹੀ ਕਲੈਕਟਿਵਲੀ ਸ਼ੁਕਰੀਆਦਾਤਾ ਕਰਦੇ ਜੀ ਅ ਅੱਜ ਇਸ ਸੈਗਮੈਂਟ ਮੈਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਦੇ ਨਾਮ ਕਰ ਰਹੇ ਹਾਂ ਜਿਹੜੇ ਕਿ ਨਾ ਸਿਰਫ ਖਾਲਸਤਾਨ ਲਹਿਰ ਦੇ ਮੋਡੀਆਂ ਚੋਂ ਨੇ ਅ ਬੇਸ਼ੱਕ ਦਲ ਖਾਲਸਾ ਦੇ ਮੋਡੀਆਂ ਦੇ ਵਿੱਚ ਤੋਂ ਹੈ ਹੀ ਨੇ ਪਰ ਮੈਂ ਸਮਝਦਾ ਹਾਂ ਕਿ ਜਨਾਂ ਜ਼ਮਾਨਿਆਂ ਚ ਉਹਨਾਂ ਨੇ ਖਾਲਸਤਾਨ ਦੀ ਗੱਲ ਖਾਲਸਤਾਨ ਦਾ ਅਲਟੀਮੇਟ ਸਿੱਖਾਂ ਦੇ ਲਈ ਇਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਹੈ ਇਹ ਗੱਲ ਕੀਤੀ ਪੰਜ ਤੀਰ ਹੋਰ ਉਹਨਾਂ ਦੀ ਰਚਨਾ છਪੀ ਔਰ ਜਦੋਂ ਸਾਰੀ ਕੌਮ ਗਫਲਤ ਦੇ ਵਿੱਚ ਸੀ ਕਦੇ ਉਹ ਮਸ਼ਾਲਾਂ ਲੈ ਕੇ ਜਲੰਧਰ ਦੇ ਚੌਂਕ ਦੇ ਵਿੱਚ ਪੰਜਾਬ ਕੇਸਟਰੀ ਚੌਂਕ ਦੇ ਵਿੱਚ ਜਿਹੜਾ ਉਹ ਖਾਲਸਤਾਨ ਦਾ ਮਾਰਚ ਕਰਦੇ ਸੀ ਕਦੇ ਅਨੰਦਪੁਰ ਸਾਹਿਬ ਚ ਕਰਦੇ ਸੀ ਕਦੇ ਚੰਡੀਗੜ੍ਹ ਚ ਕਰਦੇ ਸੀ ਜੀ ਸੋ ਉਹਨਾਂ ਨੇ ਬੇਸ਼ੱਕ ਲੇਟਲੀ ਉਹਨਾਂ ਦੀਆਂ ਬਹੁਤ ਘੱਟ ਲਿਖਤਾਂ ਬਾਹਰ ਆਂਦੀਆਂ ਨੇ ਅ ਲੇਕਨ ਉਹਨਾਂ ਨੇ ਇਸ ਦੇ ਉੱਤੇ ਇੱਕ ਟਿੱਪਣੀ ਕੀਤੀ ਹੈ ਕਿ ਜਦੋਂ ਪਿਛਲੇ ਦਿਨਾਂ 'ਚ ਜੋ ਹਸ਼ਰ ਅਕਾਲੀਆਂ ਦਾ ਅਮਰੀਕਾ ਕੈਨੇਡਾ ਦੀਆਂ ਸਿਕਸ ਸੰਪਾਨੇ ਕੀਤਾ ਜਿਹਦੇ ਕਿ ਉਹ ਹੱਕਦਾਰ ਸੀ ਔਰ ਉਸ ਤੋਂ ਬਾਅਦ ਜਿਵੇਂ ਰੈਟਲ ਹੋਏ ਪਿਓ ਪੁੱਤਰ ਬਾਦਲ ਔਰ ਉਹਦਾ ਪੁੱਤਰ ਔਰ ਉਹਨਾਂ ਨੇ ਇਹ ਬਿਆਨ ਦਾ ਆ ਗਿਆ ਕਿ ਜੀ ਇਹ ਕਰਨ ਵਾਲੇ ਜਿਹੜੇ ਨੇ ਇਹ ਐਂਟੀ ਨੈਸ਼ਨਲ ਹਾਂਜੀ ਦੇਸ਼ ਵਿਰੋਧੀ ਜਾਂ ਰਾਸ਼ਟਰ ਵਿਰੋਧੀ ਨੇ ਪੰਜਾਬ ਵਿਰੋਧੀ ਨੇ ਜੀ ਔਰ ਇਸ ਸਾਰੇ ਨੂੰ ਹੀ ਉਹਨਾਂ ਨੇ ਆਧਾਰ ਬਣਾ ਕੇ ਖਾਸ ਤੌਰ ਤੇ ਰਾਸ਼ਟਰ ਵਿਰੋਧੀ ਉਹਨਾਂ ਨੇ ਬੜੀ ਅੱਛੀ ਇੱਕ ਟਿੱਪਣੀ ਜਿਹੜੀ ਕਿ ਸਾਰੇ ਪਾਸੇ ਸਰਕੂਲੇਟ ਹੋ ਰਹੀ ਹੈ ਸੋ ਮੈਂ ਚਾਹੁੰਦਾ ਹਾਂ ਕਿ ਭਈ ਦਰਸ਼ਕਾਂ ਦੇ ਨਾਲ ਸ਼ਰੋਤਿਆਂ ਦੇ ਨਾਲ ਮੈਂ ਇਹ ਸਾਂਝੀ ਕਰਾਂ ਜੀ ਉਹਦੇ ਵਿੱਚ ਉਹਨਾਂ ਨੇ ਇੱਕ ਇਸ ਖਬਰ ਤੇ ਟਿੱਪਣੀ ਕੀਤੀ ਹੈ ਤੇ ਦੂਸਰਾ ਕੇ ਪੀ ਗਿਲ ਦਾ ਬਿਆਨ ਇਸ ਮੁੱਦੇ ਤੇ ਸੋ ਅਸੀਂ ਉਹਨਾਂ ਦੇ ਸ਼ਬਦਾਂ ਨੂੰ ਹੀ ਦੁਹਰਾ ਰਹੇ ਹਾਂ ਉਹਨਾਂ ਦਾ ਹੈਡਲਾਈਨ ਹੈ ਲਿਖਤ ਦਾ ਜੀ ਅਸੀਂ ਹਾਮੀ ਕਦ ਇਨਕਾਰ ਕਰਦੇ ਹਾਂ ਕਿ ਗਜਿੰਦਰ ਸਿੰਘ ਦਲ ਖਾਲਸਾ ਦੋ ਖਬਰਾਂ ਦੋ ਟਿੱਪਣੀਆਂ ਅੱਜ ਛਪੀਆਂ ਦੋ ਖਬਰਾਂ ਤੇ ਟਿੱਪਣੀ ਕਰਨੀ ਬਣਦੀ ਹੈ ਇੱਕ ਖਬਰ ਹੈ ਸੁਖਬੀਰ ਸਿੰਘ ਬਾਦਲ ਦੇ ਬਿਆਨ ਤੇ ਆਧਾਰਿਤ ਕਿ ਵਿਦੇਸ਼ਾਂ ਵਿੱਚ ਜੋ ਮੁਠੀ ਪਰ ਲੋਕ ਅਕਾਲੀ ਲੀਡਰਾਂ ਦਾ ਵਿਰੋਧ ਕਰ ਰਹੇ ਹਨ ਉਹ ਭਾਰਤ ਦੇ ਦੁਸ਼ਮਣ ਹਨ ਬਾਦਲ ਸਾਹਿਬ ਅਸੀਂ ਖਾਲਸਾਣ ਦੇ ਹਾਮੀ ਕਦੇ ਇਨਕਾਰ ਕਰਦੇ ਹਾਂ ਕਿ ਅਸੀਂ ਭਾਰਤ ਦੇ ਦੁਸ਼ਮਣ ਨਹੀਂ ਹੁਣ ਬਹੁਤ ਸਾਰੇ ਤਾਂ ਇਸ ਤੇ ਵੀ ਐਪੋਲੋਜੈਟਿਕ ਸਟੇਟਮੈਂਟਾਂ ਦੇਣ ਲੱਗ ਗਏ ਲੇਕਿਨ ਮੈਂ ਸਮਝਦਾ ਹਾਂ ਵੀ ਇਹ ਟਰੂ ਖਾਲਸਾਨੀ ਪਰਸਪੈਕਟਿਵ ਹੈ ਕਿ ਬਿਲਕੁਲ ਕਲੀਅਰ ਥਿੰਕਿੰਗ ਲਾਈਕ ਕ੍ਰਿਸਟਲ ਕਲੀਅਰ ਜੀ ਕਿ ਕੋਈ ਸ਼ੱਕ ਸ਼ੁਭਾ ਕਿਸੇ ਨੂੰ ਨਾ ਰਹੇ ਬਾਦਲ ਸਾਹਿਬ ਅਸੀਂ ਖਾਲਸਾਣ ਦੇ ਹਾਮੀ ਕਦੇ ਇਨਕਾਰ ਕਰਦੇ ਹਾਂ ਕਿ ਅਸੀਂ ਭਾਰਤ ਦੇ ਦੁਸ਼ਮਣ ਨਹੀਂ ਖਾਲਸਾਣ ਦਾ ਮਤਲਬ ਹੈ ਸਿੱਖ ਕੌਮ ਦੀ ਆਜ਼ਾਦੀ ਅਤੇ ਸਾਡੀ ਆਜ਼ਾਦੀ ਦੇ ਹਰ ਮੁਖਾਲिफ ਨਾਲ ਸਾਡੀ ਸਿਧਾਂਤਕ ਤੇ ਕੁਦਰਤੀ ਦੁਸ਼ਮਣੀ ਬਣਦੀ ਹੈ ਪ੍ਰਿੰਸੀਪਲਡ ਐਂਡ ਨੈਚੁਰਲ ਜੀ ਸਿਧਾਂਤਕ ਇਸ ਲਈ ਕਿ ਖਾਲਸਾਣ ਦਾ ਇੱਕ ਵੱਖਰਾ ਸਿਧਾਂਤ ਹੈ ਤੁਹਾਡਾ ਹਿੰਦੂਤਵਾ ਇੱਕ ਵੱਖਰੇ ਵਿਚਾਰਧਾਰਾ ਆਈਡੀਓਲੋਜੀ ਤੇ ਖੜੇ ਔਰ ਨੈਚੁਰਲ ਰੈਸ ਲਈ ਕਿ ਤੁਸੀਂ ਸਾਡੇ ਨੈਚੁਰਲ ਅਲਾਈ ਨਹੀਂ ਹੋ ਤੁਹਾਡੇ ਨਾਲ ਸਾਡੀ ਕੁਦਰਤੀ ਵੀ ਜਿਹੜੀ ਹੈ ਉਹ ਦੁਸ਼ਮਣੀ ਹੈ ਔਰ ਸਿਧਾਂਤਕ ਵੀ ਹੈ ਅਸੀਂ ਭਾਰਤ ਦੇ ਖਾਲਸਾਤਨ ਦਾ ਮਤਲਬ ਹੈ ਸਿੱਖ ਕੌਮ ਦੀ ਆਜ਼ਾਦੀ ਅਤੇ ਸਾਡੀ ਆਜ਼ਾਦੀ ਦੇ ਹਰ ਮੁਖਾਲिफ ਨਾਲ ਸਾਡੀ ਸਿਧਾਂਤਕ ਤੇ ਕੁਦਰਤੀ ਦੁਸ਼ਮਣੀ ਬਣਦੀ ਹੈ ਦੁਸ਼ਮਣੀ ਦਾ ਇਹ ਸਿਧਾਂਤ ਜੁਗਾ ਜੁਗਾ ਤੋਂ ਚੱਲਦਾ ਆ ਰਿਹਾ ਹੈ ਤੇ ਇਹ ਇੱਕ ਪ੍ਰਵਾਨਿਤ ਸਿਆਸੀ ਸਚਾਈ ਵਾਂਗ ਹੈ ਰਾਜਾ ਰਾਮ ਦੀ 라ਵਣ ਨਾਲ ਦੁਸ਼ਮਣੀ ਪਈ ਤਾਂ 라ਵਣ ਦੇ ਸਾਰੇ ਦੁਸ਼ਮਨਾ ਨਾਲ ਰਾਜਾ ਰਾਮ ਨੇ ਦੋਸਤੀ ਕਰ ਲਈ ਸੀ ਔਰ ਇਵਨ ਉਹਦੇ ਚ ਉਹਦੇ ਭਰਾ ਪਵਿਸ਼ਣ ਜਿਹੜਾ ਜਿਸ ਨੂੰ ਜਦੋਂ ਅਸੀਂ ਕਹਿੰਦੇ ਆ ਕਿ ਘਰ ਕਾ ਭੇਤੀ ਲੰਕਾ ਟਾਏ ਹੁਣ ਉਹਨਾਂ ਹੀ ਭੇਦ ਦਿੱਤਾ ਜਿਨ੍ਹਾਂ ਦੀਆਂ ਹੀ ਕਹਾਣੀਆਂ ਨੇ ਕਿ ਭਾਈ ਉਦੀ ਜਿਹੜੇ ਪ੍ਰਾਣ ਨੇ ਉਹਦੀ ਧੁੰਨੀ ਚ ਨਹੀਂ ਜੀ ਸੋ ਜ਼ਾਹਰ ਹੈ ਕਿ ਵੀ ਫਿਰ ਜੇ 라ਵਣ ਤੇ ਰਾਮ ਦੀ ਲੜਾਈ ਹੈ ਤੇ ਜਿੰਨੇ 라ਵਣ ਦੇ ਜਿਹੜੇ ਆ ਦੁਸ਼ਮਣ ਨੇ ਉਹ ਰਾਮ ਦੇ ਦੋਸਤ ਬਣ ਗਏ ਉਹਨਾਂ ਨੇ ਕਿਹਾ ਜੇ ਜੇ ਅਸੀਂ ਕੋਈ ਐਲਾਈਅੰਸ ਕਿਸੇ ਨਾਲ ਕਰਦੇ ਆ ਜਾਂ ਕਰਾਂਗੇ ਤੇ ਇਹ ਬੜਾ ਕੁਦਰਤੀ ਆ ਤੁਹਾਡੇ ਰਾਮ 라ਵਣ ਦੀ ਕਹਾਣੀ ਚੋ ਵੀ ਇਹ ਫੈਕਟ ਸਾਹਮਣੇ ਆਂਦਾ ਹੈ ਜੀ ਬਾਲੀ ਸੁਗਰੀਵ ਤੇ ਫਿਰ ਭਵੀਸ਼ਣ ਆਪ ਇਹ ਬਾਲੀ ਔਰ ਬਾਲੀ ਨੂੰ ਵੀ ਰਾਮ ਨੇ ਪੱਟਿਆ ਤੇ ਸੁਗਰੀਵ ਦੇ ਨਾਲ ਵੀ ਜਿਹੜੇ ਐਲਾਈਅੰਸ ਕੀਤਾ ਹੈ ਜਸਟ ਆਪਣੇ ਜਿਹੜਾ ਰਾਵਣ ਨੂੰ ਕਮਜ਼ੋਰ ਕਰਨ ਲਈ ਭਾਰਤ ਦੇ ਹਿੰਦੂ ਰਾਸ਼ਟਰਵਾਦੀਆਂ ਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਸ਼ੁਰੂ ਕੀਤੀ ਤਾਂ ਸਭ ਤੋਂ ਸਨਮਾਨਤ ਕਾਂਗਰਸੀ ਆਗੂ ਸੁਭਾਸ਼ ਚੰਦਰ ਬੋਸ ਉਸ ਵੇਲੇ ਦੇ ਭਾਰਤੀ ਹਾਕਮਾਂ ਦੇ ਦੁਸ਼ਮਣ ਜਾਪਾਨ ਤੇ ਜਰਮਨ ਦੀ ਮਦਦ ਲੈਣ ਪਹੁੰਚ ਗਿਆ ਸੀ ਬਿਲਕੁਲ ਇਤਿਹਾਸਿਕ ਸੱਚਾਈ ਹੈ ਕਿ ਹੁਣ ਅੱਜ ਜਦੋਂ ਦੁਨੀਆ ਜਰਮਨ ਨੂੰ ਜਿਹੜਾ ਨਾਜ਼ੀਵਾਦ ਔਰ ਜਾਪਾਨ ਔਰ ਇਟਲੀ ਫਾਸ਼ੀਜ਼ਮ ਦੀ ਗੱਲ ਕਰਦੀ ਹੈ ਲੇਕਿਨ ਉਹੀ ਇੰਡੀਅਨ ਕਦੇ ਸੁਭਾਚੰਦਰ ਬੋਸ ਨੂੰ ਫਾਸ਼ਿਸਟ ਜਾਂ ਉਸ ਨੂੰ ਜਿਹੜਾ ਕੋਈ ਨਾਜ਼ੀਵਾਦੀ ਨਹੀਂ ਕਹਿੰਦੇ ਹਾਲਾਂਕਿ ਜੇ ਉਹਨਾਂ ਦਾ ਉੱਥੇ ਕਬਜ਼ਾ ਹੋ ਜਾਂਦਾ ਜਿਵੇਂ ਜਾਪਾਨੀ ਅੱਗੇ ਵਧਾਏ ਸੀ ਬਰਮਾ ਤੱਕ ਪਹੁੰਚ ਗਏ ਸੀ ਕਾਲੇ ਪਾਣੀ ਤੱਕ ਪਹੁੰਚ ਗਏ ਸੀ ਤਾਂ ਫੇਰ ਜੋ ਕੁਝ ਜਾਪਾਨੀਆਂ ਨੇ ਚੀਨੀਆਂ ਨਾਲ ਕੀਤਾ ਜਾਂ ਕੋਰੀਆਜ਼ ਨਾਲ ਕੀਤਾ ਉਹ ਭਾਰਤੀਆਂ ਨਾਲ ਵੀ ਘੱਟ ਨਹੀਂ ਸੀ ਕਪਰ ਇਹਨੂੰ ਜਸਟੀਫਾਈ ਕੀਤਾ ਜਾਂਦਾ ਜੇ ਕਿਉਂਕਿ ਅੰਗਰੇਜ਼ਾਂ ਨੂੰ ਕੱਢਣਾ ਸੀ ਤੇ ਫੇਰ ਅੰਗਰੇਜ਼ਾਂ ਨੂੰ ਕੱਢਣ ਲਈ ਤੁਸੀਂ ਉਹਨਾਂ ਦੇ ਦੁਸ਼ਮਣਾਂ ਦੇ ਨਾਲ ਵੀ ਸਾਂਝ ਪਿਆਲੀ ਪਾ ਸਕਦੇ ਸੀ ਔਰ ਉਹ ਜਾਪਾਨ ਔਰ ਜਰਮਨੀ ਹੋ ਸਕਦੇ ਸੀ ਉਹਨਾਂ ਦੀ ਭਾਵੇਂ ਆਈਡੀਓਲੋਜੀ ਫਾਸ਼ਿਸਮ ਸੀ ਜਾਂ ਨਾਜ਼ੀਸਮ ਸੀ ਜੀ ਸਰਕਾਰ ਖਾਲਸਾ ਦੀ ਅੰਗਰੇਜ਼ਾਂ ਨਾਲ ਲੜਾਈ ਵਿੱਚ ਹਿੰਦੀ ਪੂਰਬੀਏ ਸਿੱਖਾਂ ਦੇ ਖਿਲਾਫ ਲੜੇ ਤੇ ਅੰਗਰੇਜ਼ ਨਾਲ ਲੜੇ ਉਹਨਾਂ ਨੇ ਕਿਹਾ ਜੀ ਦੇਖ ਲੋ ਜਦੋਂ ਹੁਣ ਕਈ ਕੋਟ ਚੜ੍ਹੇ ਪੂਰਬੀ ਦੱਖਣੀ ਜੀ ਵੀ ਇਹ ਪੂਰਬੀ ਤੇ ਦੱਖਣੀ ਜਿਹੜੇ ਨੇ ਇਹ ਅੰਗਰੇਜ਼ਾਂ ਦੇ ਨਾਲ ਲੜੇ ਉਹਨਾਂ ਨੂੰ ਉਦੋਂ ਨਹੀਂ ਨਜ਼ਰ ਆਇਆ ਕਿ ਭਾਈ ਇਹ ਸਰਜ਼ਮੀਨ ਜਿਹਨੂੰ ਅੱਜ ਹਿੰਦੁਸਤਾਨ ਦੀ ਸਰਜ਼ਮੀਨ ਕਹਿੰਦੇ ਨੇ ਔਰ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਅਖੰਡ ਭਾਰਤ ਦਾ ਜਿਹੜਾ ਉਹ ਡੋਂਡੀ ਪਿੱਟਦੇ ਨੇ ਉਦੋਂ ਇਹਨਾਂ ਪੂਰਬੀਆਂ ਦੱਖਣੀਆਂ ਨੂੰ ਨਹੀਂ ਸੀ ਨਜ਼ਰ ਆ ਰਿਹਾ ਵੀ ਕਿਹਨਾਂ ਦੇ ਨਾਲ ਲੜ ਕੇ ਸਿੱਖਾਂ ਦੀ ਆਜ਼ਾਦੀ ਪੰਜਾਬ ਜਿਹੜਾ ਉਹ ਪੰਜਾਬ ਜਿਹੜਾ ਖੁਸ਼ਹਾਲ ਵਸਦਾ ਸੀ ਉਸ ਨੂੰ ਅੰਗਰੇਜ਼ਾਂ ਦਾ ਗੁਲਾਮ ਬਣਾਉਣ ਲਈ ਪੂਰਬੀਏ ਔਰ ਦੱਖਣੀ ਕਿਵੇਂ ਰਲੇ ਹੋਏ ਸੀ ਅੰਗਰੇਜ਼ਾਂ ਦੇ ਨਾਲ ਜੀ ਸਰਕਾਰ ਖਾਲਸਾ ਦੀ ਅੰਗਰੇਜ਼ਾਂ ਨਾਲ ਲੜਾਈ ਵਿੱਚ ਹਿੰਦੀ ਪੂਰਬੀਏ ਸਿੱਖਾਂ ਦੇ ਖਿਲਾਫ ਲੜੇ ਤੇ ਅੰਗਰੇਜ਼ ਨਾਲ ਰਹੇ ਮਹਾਰਾਜਾ ਦਲੀਪ ਸਿੰਘ ਨੇ ਸਰਕਾਰ ਸਰਕਾਰੇ ਖਾਲਸਾ ਦਾ ਰਾਜ ਭਾਗ ਵਾਪਸ ਲੈਣ ਲਈ ਉਪਰਾਲਾ ਕਰਨ ਦਾ ਜਦੋਂ ਸੋਚਿਆ ਤਾਂ ਉਹ ਵੀ ਅੰਗਰੇਜ਼ਾਂ ਦੇ ਦੁਸ਼ਮਨ ਫਰਾਂਸ ਤੇ ਰਸ਼ੀਆ ਕੋਲ ਗਿਆ ਇਹ ਵੀ ਇਤਿਹਾਸਿਕ ਫੈਕਟ ਹੈ ਕਿ 올 ਦਾ ਵੇ ਦਲੀਪ ਸਿੰਘ ਨੇ ਟ੍ਰੈਵਲ ਕੀਤਾ ਮਾਸਕੋ ਗਿਆ ਹੈ ਵੱਖਰੀ ਗੱਲ ਹੈ ਕਿ ਅੰਗਰੇਜ਼ ਇੰਟੈਲੀਜੈਂਸ ਏਜੰਟਾਂ ਨੇ ਉਹਦਾ ਸਮਾਨ ਚੋ ਕਾਗਜ਼ਾਤ ਵੀ ਕੱਢ ਲਏ ਪਾਸ ਪੈਨੀਲੈਸੋ ਪਹੁੰਚੇ ਔਰ ਵੈਸੇ ਵੀ ਜਦੋਂ ਤੁਸੀਂ ਪਾਵਰ ਤੋਂ ਬਾਹਰ ਉਹ ਰਸ਼ੀਅਨਜ਼ ਨੇ ਕੀ ਮਦਦ ਕਰਨੀ ਸੀ ਔਰ ਇਸੇ ਤਰ੍ਹਾਂ ਐਂਡ ਚੋ ਫ੍ਰਾਂਸ ਚ ਉਹਨਾਂ ਦਾ ਐਂਡ ਹੋਇਆ ਦਲੀਪ ਸਿੰਘ ਦਾ ਲੇਕਿਨ ਆਰਗੂਮੈਂਟ ਬਹੁਤ ਬਿਲਕੁਲ ਠੀਕ ਲਾਈਨ ਤੇ ਔਰ ਬੜੇ ਕਰੰਟ 20th ਸੈਂਚਰੀ 19th ਸੈਂਚਰੀ ਆਰਗੂਮੈਂਟ ਨੇ ਜੀ ਭਾਈ ਉਹਨਾਂ ਨੇ ਵੀ ਫਿਰ ਰਸ਼ੀਆ ਔਰ ਜਿਹੜਾ ਫਰਾਂਸ ਹੀ ਚੁਣਿਆ ਕਿ ਜਿਹੜੇ ਅੰਗਰੇਜ਼ਾਂ ਦੇ ਦੁਸ਼ਮਣ ਨੇ ਔਰ ਉਹੀ ਮਦਦ ਕਰ ਸਕਦੇ ਨੇ ਸੋ ਬਾਦਲ ਸਾਹਿਬ ਜੇ ਖਾਲਸਾਣ ਦੇ ਹਾਮੀ ਸਿੱਖ ਆਜ਼ਾਦੀ ਪਸੰਦ ਅੱਜ ਆਪਣੇ ਸੰਗਰਸ਼ ਦੀ ਮਜ਼ਬੂਤੀ ਲਈ ਤੇ ਸਫਲਤਾ ਲਈ ਕਿਸੇ ਭਾਰਤ ਵਿਰੋਧੀ ਦੇਸ਼ ਨਾਲ ਹੱਥ ਮਿਲਾਉਂਦੇ ਹਨ ਤਾਂ ਇਸ ਵਿੱਚ ਹੈਰਾਨੀ ਵਾਲੀ ਕਿਹੜੀ ਗੱਲ ਹੈ ਜੀ ਤੁਹਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਤੁਸੀਂ ਦੇਸ਼ ਵਿਰੋਧੀ ਕਹਿੰਦੇ ਹੋ ਅਸੀਂ ਤਾਂ ਖਾਲਸਾਣ ਦੀ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ ਉਦੇ ਲਈ ਸਾਨੂੰ ਇੰਡੀਆ ਦੇ ਖਿਲਾਫ ਕਿਸੇ ਦੀ ਵੀ ਮਦਦ ਮਿਲੇ ਅਸੀਂ ਜਿਹੜਾ ਉਸ ਨੂੰ ਵੈਲਕਮ ਕਰਾਂਗੇ ਉਹ ਮਦਦ ਇਹਨਾਂ ਨੇ ਨਹੀਂ ਕਿਹਾ ਪਰ ਉਹ ਮਦਦ ਅਮਰੀਕਾ ਦੀ ਹੋਏ ਪਾਕਿਸਤਾਨ ਦੀ ਹੋਏ ਰਸ਼ੀਆ ਦੀ ਹੋਏ ਕੱਲ ਨੂੰ ਅਫਗਾਨਿਸਤਾਨ ਸਾਡੀ ਮਦਦ ਕਰੇ ਈਰਾਨ ਕਰੇ ਸਾਊਦੀ ਅਰੇਬੀਆ ਕਰੇ ਅਸੀਂ ਮੋਸਟ ਵੈਲਕਮ ਕਿਉਂਕਿ ਸਾਡੇ ਲਈ ਆਜ਼ਾਦੀ ਸਾਡਾ ਨਿਸ਼ਾਨਾ ਹੈ ਔਰ ਉਦੇ ਲਈ ਕੋਈ ਵੀ ਮਦਦ ਜਿਹੜੀ ਹੈ ਉਹ ਅਸੀਂ ਵੈਲਕਮ ਕਰਾਂਗੇ ਜੀ ਖਾਲਸਤਾਨ ਦੀ ਗੱਲ ਹੀ ਅਸੀਂ ਤਾਂ ਕਰਦੇ ਹਾਂ ਕਿ ਅਸੀਂ ਭਾਰਤ ਨੂੰ ਆਪਣਾ ਦੇਸ਼ ਨਹੀਂ ਮੰਨਦੇ ਸਾਡੇ ਲਈ ਭਾਰਤ ਇੱਕ ਹਿੰਦੂ ਸਾਮਰਾਜੀ ਤਾਕਤ ਹੈ ਜੋ ਸਾਡੇ ਮੁਲਕ ਤੇ ਕਾਬਜ਼ ਹੈ ਬਿਲਕੁਲ ਕਲੀਅਰ ਲਾਈਨ ਡਰਾ ਕੀਤੀ ਕਿ ਵੀ ਅਸੀਂ ਹਾਂ ਹੀ ਐਂਟੀ ਨੈਸ਼ਨਲ ਅਸੀਂ ਨਹੀਂ ਮੰਨਦੇ ਕਿ ਭਾਈ ਇਹ ਤੁਹਾਡਾ ਹਿੰਦੂ ਸਾਮਰਾਜ ਦਾ ਅਸੀਂ ਬਿਲਕੁਲ ਹਿੱਸਾ ਨਹੀਂ ਹੈ ਅਸੀਂ ਬਿਲਕੁਲ ਇਸ ਦੇ ਨਾਲ ਜਿਹੜਾ ਇਸ ਦੇ ਖਿਲਾਫ ਲੜ ਰਹੇ ਹੋ ਤੁਹਾਡਾ ਰੋਲ ਅਜ ਉਹੀ ਹੈ ਜੋ ਪੁਰਾਤਨ ਮਿਸਲਾਂ ਦੇ ਮੁਗਲਾਂ ਵਿਰੁੱਧ ਸੰਘਰਸ਼ ਵੇਲੇ RAMRAIYE ਤੇ THIRMALIA ਦੇ ਡੇਰਿਆਂ ਦਾ ਸੀ ਹੁਣ ਇਹ ਵੀ ਹਿਸਟੋਰੀਕਲ ਫੈਕਟ ਹੈ ਕਿ ਹੁਣ RAMRAIYE ਬੇਸ਼ੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਵੱਡਾ ਭਰਾ ਸੀ ਜੀ ਪਰ ਜੋ ਹੀ ਉਹਨੇ ਮੁਗਲਿਆ ਹਕੂਮਤ ਦੀ ਜਿਹੜੀ ਹੈ ਖੁਸ਼ਾਮਦ ਕੀਤੀ ਗੁਰੂ ਹਰਰਾਏ ਸਾਹਿਬ ਨੇ ਕਿਹਾ ਕਿ ਜੀ ਮੇਰੇ ਮੱਥੇ ਨਹੀਂ ਲੱਗਣਾ ਔਰ RAMRAIYE ਸਾਰੇ ਜਿਹੜੇ ਨੇ ਉਹ ਵੱਖਰੀ ਗੱਲ ਹੈ ਕਿ ਬਈ ਬਾਅਦ ਦੇ ਵਿੱਚ ਹਾਸ਼ਰ ਕੀ ਹੋਇਆ ਧੀਰਮਲ ਦਾ ਕੀ ਹੋਇਆ ਉਹਦੇ ਮੁੰਡੇ ਦਾ ਕੀ ਹੋਇਆ ਉਹ ਵੀ ਮਾਰਿਆ ਉਹਨਾਂ ਨੇ ਜੀ ਤੇ ਲੇਕਿਨ ਅਸੀਂ ਜੋ ਅੱਜ ਬਾਦਲ ਦਾ ਰੋਲ ਹੈ ਭਾਈ ਗਜਿੰਦਰ ਸਿੰਘ ਕਹਿੰਦੇ ਨੇ ਕਿ ਭਾਈ ਤੁਹਾਡਾ ਰੋਲ ਉਹੀ ਹੈ ਜੋ ਉਸ ਵੇਲੇ ਰਾਮਰਾਈਏ ਤੇ ਧੀਰਮਲੀਆਂ ਦਾ ਸੀ ਉਹਨਾਂ ਦੇ ਡੇਰਿਆਂ ਦਾ ਸੀ ਸਿੱਖਾਂ ਅੰਗਰੇਜ਼ਾਂ ਦੀ ਜੰਗ ਵੇਲੇ ਜਾਂ ਹਿੰਦ ਪੰਜਾਬ ਦੀ ਜੰਗ ਵੇਲੇ ਡੋਗਰਿਆਂ ਤੇ ਪਹਾੜਾ ਸਿੰਘਿਆਂ ਦਾ ਸੀ ਉਹ ਡੋਗਰਿਆਂ ਨੇ ਜੋ ਗਦਾਰੀ ਕੀਤੀ ਕਿ ਪਹਾੜਾ ਸਿੰਘ ਉਹ ਵੀ ਫਰੀਦਕੋਟ ਬਾਲਨ ਦਾ ਹੀ ਕੋ ਪੂਰਵਜ ਹੋਣਾ ਜੀ ਇਹ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਨਾਲ ਸਿੰਘਾ ਸੀ ਉਸ ਦੀ ਗੈਰਸਾਲੀ ਭੱਜ ਕੇ ਜਾਏ ਕਿ ਲਾਟ ਨੂੰ ਖਬਰ ਦੱਸੀ ਗੱਲ ਜਾਇਦ ਸੀ ਸਾਰੀ ਭੇਤ ਵਾਲੀ ਕਿ ਜਿਹੜੀ ਸਾਰੀ ਸੀਕ੍ਰੀਟ ਸੀ ਕਿ ਭਾਈ ਖਾਲਸਾ ਦਾ ਜੰਗ ਦੇ ਮੈਦਾਨ ਚ ਚਲਾ ਗਿਆ ਤੁਸੀਂ ਕਿੱਧਰ ਭੱਜੇ ਜਾਂਦੇ ਹੋ ਜੀ ਜੀ ਸੋ ਪਹਾੜਾ ਸਿੰਘ ਫਰੀਦਕੋਟ ਹੀ ਨਹੀਂ ਉਹ ਪੇਰ ਔਰ ਅੰਗਰੇਜ਼ ਭੱਜੇ ਜਾਂਦੇ ਵਾਪਸ ਆਏ ਸੋ ਉਹਨਾਂ ਨੇ ਕਿਹਾ ਵੀ ਸਿੰਘਾ ਨਾਲ ਸੀ ਉਹ ਇਹ ਸ਼ਾਹ ਮੁਹੰਮਦ ਕਹ ਰਿਹਾ ਸਿੰਘਾਂ ਨਾਲ ਅੜਸੀ ਉਸ ਦੀ ਗੈਰਸਾਲੀ ਗੈਰਸਾਲੀ ਦੁਸ਼ਮਣੀ ਸੋ ਜੋ ਦੁਸ਼ਮਣੀ ਡੋਗਰਿਆਂ ਨੇ ਜਾਂ ਪਹਾੜਾ ਸਿੰਘ ਨੇ ਪੁਗਾਈ ਉਹੀ ਤੂੰ ਬੁਗਾਰ ਐ ਇਹ ਉਹਨਾਂ ਦਾ ਕਹਿਣਦਾ ਹੈ ਇਹ ਤਾਂ ਉਹੀ ਗੱਲ ਹੋਈ ਕਿ ਪਹਾੜਾ ਸਿੰਘ ਸ਼ਾਮ ਸਿੰਘ ạtਾਰੀ ਵਾਲੇ ਨੂੰ ਦੇਸ਼ ਦਾ ਦੁਸ਼ਮਨ ਕਹਿ ਰਿਹਾ ਹੁਣ ਇੱਕ ਪਾਸੇ ਤਾਂ ਪਹਾੜਾ ਸਿੰਘ ਸੀ ਜਿਹੜਾ ਸਿੰਘਾਂ ਨਾਲ ਗੈਰਸਾਲੀ ਪਾਲ ਰਿਹਾ ਸੀ ਤੇ ਦੂਸਰੇ ਪਾਸੇ ਸ਼ਾਮ ਸਿੰਘ ạtਾਰੀ ਵਾਲਾ ਸੀ ਜਿਹੜਾ ਬੁਢਾਪੇ ਦੇ ਵਿੱਚ ਉਸ ਵਤਨ ਦੀ ਆਜ਼ਾਦੀ ਲਈ ਖਾਲਸਾ ਰਾਜ ਦੀ ਸੋਵਰਨਿਟੀ ਨੂੰ ਕਾਇਮ ਰੱਖਣ ਦੇ ਲਈ ਜਿਸ ਨੂੰ ਫਿਰ ਸ਼ਾਹ ਮੁਹੰਮਦ ਨੇ ਟ੍ਰਿਬਿਊਟ ਦਿੱਤੀ ਉਧਰ ਪਹਾੜਾ ਸਿੰਘ ਨੂੰ ਦਿੱਤੀ ਔਰ ਬਾਦਰ ਲਈ ਵੀ ਇਤਿਹਾਸ 'ਚ ਉਹ ਪਹਾੜਾ ਸਿੰਘ ਵਾਲੀ ਥਾਂ ਹੀ ਜਿਹੜੀ ਹੈ ਉਹ ਬਣੀ ਹੋਈ ਹੈ ਉਹੀ ਰਿਜ਼ਰਵ ਹੈ ਇੱਕ ਪਾਸੇ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ ਸ਼ਾਹ ਮੁਹੰਮਦ ਕਹ ਰਿਹਾ ਤੇ ਦੂਜੇ ਪਾਸੇ ਉਹ ਕਹ ਰਿਹਾ ਕਿ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁਟੇ ਸ਼ਾਮ ਮਹਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁੱਟੇ ਜੀ ਕਿ ਵੀ ਜਿਵੇਂ ਨਿੰਬੂ ਨਚੋੜ ਕੇ ਸੁੱਟੀਦਾ ਐ ਇਵੇਂ ਸ਼ਾਮ ਸਿੰਘ ਸਰਦਾਰ ਦੀ اٹਾਰੀ ਵਾਲੇ ਸ਼ਾਮ ਸਿੰਘ ਸਰਦਾਰ اٹਾਰੀ ਵਾਲੇ ਦੀ ਕਮਾਂਡ ਥੱਲੇ ਸਿੰਘਾਂ ਨੇ ਉਹ ਜੋਰ ਦਿਖਾਏ ਸੋ ਅਸੀਂ ਸਮਝਦੇ ਆ ਵੀ ਇਹ ਇਤਿਹਾਸ ਇੱਕ ਪਾਸੇ ਸੱਚਮੁੱਚ ਵਤਨਪ੍ਰਸਤ ਹੁੰਦੇ ਨੇ ਜਿਹੜੇ ਕੌਮ ਦੀ ਆਜ਼ਾਦੀ ਲਈ ਕੌਮ ਦੀ ਹਣਖ ਲਈ ਜੂਝਦੇ ਨੇ ਤੇ ਦੂਸਰੇ ਪਹਾੜਾ ਸਿੰਘ ਬਾਦਲ ਵਰਗੇ ਵਿਕਾਊ ਬਾਲ ਹੁੰਦੇ ਔਰ ਇਤਿਹਾਸ ਉਹਨਾਂ ਨੂੰ ਉਹਨਾਂ ਦੀ ਥਾਂ ਤੇ ਹੀ ਰੱਖਦਾ ਹੈ ਸਰਕਾਰ ਖਾਲਸਾ ਦਾ ਮਹਾਰਾਜਾ ਦਲੀਪ ਅੱਛਾ ਇਹ ਅਸੀਂ ਦੇਖ ਲੈ ਸੋ ਬਾਦਲ ਸਾਹਿਬ ਜੇ ਖਾਲਸਾਣ ਦੇ ਹਾਮੀ ਸਿੱਖ ਆਜ਼ਾਦੀ ਪਸੰਦ ਅੱਜ ਆਪਣੇ ਸੰਘਰਸ਼ ਦੀ ਮਜ਼ਬੂਤੀ ਲਈ ਸਫਲਤਾ ਲਈ ਕਿਸੇ ਭਾਰਤ ਵਿਰੋਧੀ ਦੇਸ਼ ਨਾਲ ਹੱਥ ਮਿਲਾਉਂਦੇ ਹਨ ਤਾਂ ਇਸ ਵਿੱਚ ਹੈਰਾਨੀ ਵਾਲੀ ਕਿਹੜੀ ਗੱਲ ਹੈ ਖਾਲਸਾਣ ਦੀ ਗੱਲ ਹੀ ਅਸੀਂ ਤਾਂ ਕਰਦੇ ਹਾਂ ਕਿ ਅਸੀਂ ਭਾਰਤ ਨੂੰ ਆਪਣਾ ਦੇਸ਼ ਨਹੀਂ ਮੰਨਦੇ ਸਾਡੇ ਲਈ ਭਾਰਤ ਦੀ ਹਿੰਦੂ ਸਾਮਰਾਜੀ ਤਾਕਤ ਹੈ ਜੋ ਸਾਡੇ ਮੁਲਕ ਤੇ ਕਾਬਜ਼ ਹੈ ਤੁਹਾਡਾ ਰੋਲ ਅਜ ਉਹੀ ਹੈ ਜੋ ਪ੍ਰਾਤਨ ਮਿਸਲਾਂ ਦੇ ਮੁਗਲਾਂ ਵਿਰੁੱਧ ਸੰਘਰਸ਼ ਵੇਲੇ ਰਾਮ ਰਾਏ ਤੇ ਧੀਰਮਲੀਆਂ ਦੇ ਡੇਰਿਆਂ ਦਾ ਸੀ ਸਿੱਖਾਂ ਅੰਗਰੇਜ਼ਾਂ ਦੀ ਜੰਗ ਵੇਲੇ ਜਾਂ ਹਿੰਦ ਪੰਜਾਬ ਦੀ ਜੰਗ ਵੇਲੇ ਡੋਗਰਿਆਂ ਤੇ ਪਹਾੜਾ ਸਿੰਘਿਆਂ ਦਾ ਸੀ ਇਹ ਤਾਂ ਉਹੀ ਗੱਲ ਹੋਏ ਕਿ ਕੋਈ ਪਹਾੜਾ ਸਿੰਘ ਸ਼ਾਮ ਸਿੰਘ ਠਾਰੀ ਵਾਲੇ ਨੂੰ ਦੇਸ਼ ਦਾ ਦੁਸ਼ਮਣ ਕਹਿ ਰਿਹਾ ਸਾਨੂੰ ਸੰਘਰਸ਼ ਕਿਉਂ ਸਾਨੂੰ ਸੰਘਰਸ਼ ਕਿੰਨਾ ਵੀ ਲੰਮਾ ਕਿਉਂ ਨਾ ਲੜਨਾ ਪਵੇ ਅਸੀਂ ਇਸ ਲਈ ਤਿਆਰ ਹਾਂ ਸੋ ਤੁਸੀਂ ਜੋ ਕਿਹਾ ਹੈ ਕਿ ਅਕਾਲੀ ਲੀਡਰਾਂ ਦਾ ਵਿਰੋਧ ਕਰਨ ਵਾਲੇ ਭਾਰਤ ਦੇ ਦੁਸ਼ਮਣ ਹਨ ਉਸ ਨੂੰ ਅਸੀਂ ਇਲਜ਼ਾਮ ਨਹੀਂ ਸਮਝਦੇ ਅਸੀਂ ਸਿਰ ਮੱਥੇ ਤੇ ਸਵੀਕਾਰ ਕਰਦੇ ਹਾਂ ਸੋ ਇੱਕ ਤਾਂ ਉਹਨਾਂ ਨੇ ਇਸ ਟਿੱਪਣੀ ਨੂੰ ਰਿਸਪੌਂਡ ਕੀਤਾ ਤੇ ਕੇਪੀ ਗਿਲ ਦੀ ਟਿੱਪਣੀ ਤੇ ਉਹਨਾਂ ਨੇ ਬ੍ਰੀਫ ਟਿੱਪਣੀ ਕੀਤੀ ਹੈ ਦੂਜਾ ਬਿਆਨ ਪੰਜਾਬ ਦੇ ਬੁੱਚੜ ਵੱਲੋਂ ਜਾਣੇ ਜਾਂਦੇ ਕੇਪੀਐਸ ਗਿਲ ਦਾ ਪੜਨ ਨੂੰ ਮਿਲਿਆ ਗਿੱਲ ਨੇ ਬਾਪੂ ਸੂਰਤ ਸਿੰਘ ਦੇ ਮਰਨ ਵਰਤ ਸੰਬੰਧੀ ਬਾਦਲ ਸਰਕਾਰ ਵੱਲੋਂ ਅਪਣਾਈ ਸਖਤੀ ਦੀ ਨੀਤੀ ਦੀ ਤਾਰੀਫ਼ ਕੀਤੀ ਗਿੱਲ ਦੀ ਤਾਰੀਫ਼ ਦਾ ਦੂਜਾ ਮਤਲਬ ਇਹ ਹੈ ਕਿ ਬਾਦਲ ਸਰਕਾਰ ਦੀ ਨੀਤੀ ਸਿੱਖ ਦੁਸ਼ਮਣੀ ਵਾਲੀ ਹੈ ਪੰਥ ਵਿਰੋਧੀ ਹੈ ਜਿਸ ਨੀਤੀ ਦੀ ਤਾਰੀਫ਼ ਗਿੱਲ ਵਰਗਾ ਬੇਗੈਰਤ ਪੰਥ ਪੰਜਾਬ ਦਾ ਗੱਦਾਰ ਤੇ ਸਿੱਖ ਜਵਾਨੀ ਦਾ ਕਾਤਲ ਕਰ ਰਿਹਾ ਹੋਵੇ ਉਸ ਦੀ ਤਾਰੀਫ਼ ਨੂੰ ਬਾਦਲ ਸਰਕਾਰ ਲਈ ਲਾਨਤ ਹੀ ਸਮਝਿਆ ਜਾਵੇਗਾ ਸੋ ਇਹ ਵੀ ਬੜੀ ਖੂਬਸੂਰਤ ਟਿੱਪਣੀ ਹੈ ਜੀ ਕਿ ਭਈ ਹੁਣ ਜਿਹੜੀ ਬਾਦਲ ਦੀ ਤਾਰੀਫ ਹੈ ਉਹ ਕੇਪੀ ਗਿਲ ਕਰ ਰਿਹਾ ਜੀ ਤੁਸੀਂ ਬਹੁਤ ਵਧੀਆ ਨੀਤੀ ਸੁਰਦ ਸਿੰਘ ਦੇ ਵਰਤ ਦੇ ਮੁੱਦੇ ਤੇ ਬਾਪੂ ਦੇ ਰੱਖੀ ਹੈ ਇਸ ਨੂੰ ਕਹਿੰਦੇ ਨੇ ਖਵਾਜੇ ਦਾ ਗਵਾ ਡੱਡੂ ਕਿ ਦੋਨੋਂ ਹੀ ਸਿੱਖ ਦੋਸ਼ਮਣ ਇੱਕ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਹਨ ਕੀਤਾ ਦੂਸਰੇ ਨੇ ਸਿੱਖੀ ਦੇ ਸਿਧਾਂਤ ਮਰਿਆ ਮੇਡ ਕੀਤੇ ਨੇ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਸਮੇਤ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਡਿਸਟਰੋਏ ਕਰਕੇ ਰੱਖ ਦਿੱਤੇ ਔਰ ਆਪਣੇ ਖਾਨਦਾਨੀ ਔਰ ਆਪਣੇ ਇਸ ਜਿਹੜਾ ਉਹਦਾ ਆਪਣਾ ਕਬੀਲਾ ਉਹਨੂੰ ਹਮੇਸ਼ਾ ਲਈ ਰਾਜਪਾਗ ਦੇ ਪੰਜਾਬ ਦੇ ਕਾਇਮ ਰੱਖਣ ਲਈ ਆਰਐਸਐਸ ਦੀ ਅਧੀਨਗੀ ਕਬੂਲੀ ਏ ਔਰ ਜਿਸ ਤਰੀਕੇ ਦੇ ਨਾਲ ਇਹ RSS ਦੀਆਂ ਨੀਤੀਆਂ ਨੂੰ ਲਾਗੂ ਕਰ ਰਿਹਾ ਹੈ ਉਹ ਸਮੇਂ-ਸਮੇਂ ਅਸੀਂ ਡਿਸਕਸ ਕਰਦੇ ਰਹੇ ਨੇ ਜੀ ਸੋ ਅਸੀਂ ਭਾਈ ਗਜਿੰਦਰ ਸਿੰਘ ਦਲ ਖਾਲਸਾ ਉਹਨਾਂ ਦੀਆਂ ਲਿਖਤਾਂ ਨੂੰ ਜਿਹੜਾ ਦਰਸ਼ਕਾਂ ਦੇ ਨਾਲ ਜਿਹੜਾ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ ਜੀ ਔਰ ਸਤਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇਣ ਜੀ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਣਾਲਾ ਨੇ ਬ੍ਰੇਕ ਈਵਰਸ ਤੁਸੀਂ ਕਿਤਨੀ ਜਾਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ